ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈੱਲ ਆਇਕਨ ਉੱਤੇ ਵੀ ਕਲਿੱਕ ਕਰੋ, ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਤਾਂ ਦੋਸਤੋ, ਥੋੜ੍ਹੀ ਦੇਰੀ ਗਰਦਨ ਨੂੰ ਝੁਕਾ ਕੇ ਕੰਮ ਕਰਨ ਦੇ ਨਾਲ ਲੋਕਾਂ ਦੇ ਮੋਢੇ ਅਤੇ ਗਰਦਨ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਅਤੇ ਕਈ ਵਾਰ ਤਾਂ ਇਹ ਦਰਦ ਇੰਨਾ ਜ਼ਿਆਦਾ ਹੁੰਦਾ ਹੈ ਕਿ ਇਹਨੂੰ ਸਹਿਣ ਕਰਨਾ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਅਤੇ ਨਾਲ ਹੀ ਨਾਲ ਆਪਣੇ ਗਰਦਨ ਦੇ ਉੱਤੇ ਸੋਜ ਵੀ ਆ ਜਾਂਦੀ ਹੈ। ਗਰਦਨ ਦੇ ਵਿੱਚ ਹੋਣ ਵਾਲਾ ਇਹ ਦਰਦ ਸਰਵਾਈਕਲ ਪੇਨ ਕਹਿਲਾਉਂਦਾ ਹੈ। ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਇਸ ਬਿਮਾਰੀ ਦੀਆਂ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ। ਦੋਸਤੋ, ਸਰੀਰਕ ਕਮਜ਼ੋਰੀ, ਵੱਧਦੀ ਹੋਈ ਉਮਰ, ਪੀਰੀਅਡਸ, ਪ੍ਰੈਗਨੈਂਸੀ ਅਤੇ ਹਾਰਮੋਨਸ ਬਦਲਾਵ, ਖਰਾਬ ਲਾਈਫ ਸਟਾਈਲ ਅਤੇ ਉੱਠਣ ਅਤੇ ਬੈਠਣ ਦੇ ਗਲਤ ਤਰੀਕੇ ਦੇ ਕਾਰਨ ਇਹ ਆਪਾਂ ਨੂੰ ਪਰੇਸ਼ਾਨੀ ਹੋ ਜਾਂਦੀ ਹੈ। ਦੋਸਤੋ, ਸਭ ਤੋਂ ਪਹਿਲਾਂ ਉਹ ਜਾਣ ਲੈਂਦੇ ਹਾਂ ਕਿ ਸਰਵਾਈਕਲ ਪੇਨ ਦੇ ਉਹ ਕਿਹੜੇ ਕਿਹੜੇ ਲੱਛਣ ਹੁੰਦੇ ਹਨ ਅਤੇ ਉਸ ਤੋਂ ਬਾਅਦ ਆਪਾਂ ਇਹ ਜਾਣਾਂਗੇ ਕਿ ਇਸ ਤੋਂ ਕਿਵੇਂ ਰਾਹਤ ਪਾਈ ਜਾ ਸਕਦੀ ਹੈ। ਸਭ ਤੋਂ ਪਹਿਲਾਂ ਗਰਦਨ ਦੇ ਵਿੱਚ ਖਿਚਾਓ। ਗਰਦਨ ਨੂੰ ਝੁਕਾ ਕੇ ਜਾਂ ਹਿਲਾਉਣ ਦੇ ਵਿੱਚ ਦਰਦ ਹੋਣਾ, ਜਕੜਨ ਮਹਿਸੂਸ ਹੋਣਾ, ਸਿਰ ਦੇ ਪਿੱਛੇ ਦੀ ਔਰ ਦਰਦ ਦਾ ਹੋਣਾ, ਮੋਢੇ ਵਿੱਚ ਦਰਦ ਅਤੇ ਜਕੜਨ ਪੈਦਾ ਹੋਣਾ, ਹੱਥਾਂ ਦਾ ਸੁੰਨ ਹੋਣਾ ਅਤੇ ਇਸ ਬਿਮਾਰੀ ਦੇ ਵਧਣ ਤੇ ਚੱਕਰ ਦੇ ਉਲਟੀਆਂ ਵੀ ਹੋ ਸਕਦੀਆਂ ਹਨ। ਦੋਸਤੋ, ਸਰਵਾਈਕਲ ਪੇਨ ਦਾ ਕਾਰਨ ਗਰਦਨ ਦੀ ਡੀਜਨਰੇਸ਼ਨ ਵਾਲੀ ਨਸਾਂ ਦੇ ਉੱਤੇ ਦਬਾਓ ਪੈਂਦਾ ਹੈ। ਇਹ ਦਬਾਓ ਆਮ ਤੌਰ ਤੇ ਜ਼ਿਆਦਾ ਕੰਮ ਕਰਨ ਦੇ ਨਾਲ, ਜ਼ਿਆਦਾ ਭਾਰੀ ਸਮਾਨ ਉਠਾਉਣ ਦੇ ਨਾਲ, ਹੱਡੀਆਂ ਦੀ ਕਮਜ਼ੋਰੀ ਹੋਣ ਤੇ, ਲਗਾਤਾਰ ਕੰਮ ਕਰਦੇ ਰਹਿਣ ਦੇ ਨਾਲ ਅਤੇ ਲਗਾਤਾਰ ਸਿਰ ਝੁਕਾ ਕੇ ਪੜ੍ਹਨ ਦੇ ਨਾਲ ਅਤੇ ਗਰਦਨ ਤੇ ਲੱਗੀ ਹੋਈ ਕਿਸੇ ਚੋਟ ਦੇ ਕਾਰਨ ਹੋ ਸਕਦਾ ਹੈ। ਤਾਂ ਦੋਸਤੋ, ਇਹ ਤਾਂ ਸੀਗੇ ਉਹਦੇ ਲੱਛਣ ਅਤੇ ਕਾਰਨ। ਦੋਸਤੋ, ਹੁਣ ਆਪਾਂ ਇਹਦਾ ਇੱਕ ਸੌਖਾ ਜਿਹਾ ਇਲਾਜ ਜਾਣ ਲੈਂਦੇ ਹਾਂ। ਦੋਸਤੋ, ਇਸ ਦਰਦ ਨੂੰ ਠੀਕ ਕਰਨ ਦੇ ਲਈ ਕੈਸਟਰ ਆਇਲ ਥੈਰੇਪੀ ਜਾਂ ਫਿਰ ਹੌਟ ਐਂਡ ਕੋਲਡ ਥੈਰੇਪੀ ਬਹੁਤ ਹੀ ਜ਼ਿਆਦਾ ਬਿਹਤਰ ਹਨ। ਇਹਨਾਂ ਥੈਰੇਪੀਆਂ ਦੇ ਨਾਲ ਗਰਦਨ ਦੀ ਮਾਸਪੇਸ਼ੀਆਂ ਅਤੇ ਟਿਸ਼ੂਸ ਨੂੰ ਲਚੀਲਾ ਬਣਾਇਆ ਜਾ ਸਕਦਾ ਹੈ, ਜਿਸ ਦੇ ਨਾਲ ਡਿਸਆਰਡਰ ਟਿਸ਼ੂਸ ਦਾ ਅਲਾਈਨਮੈਂਟ ਕੀਤਾ ਜਾਂਦਾ ਹੈ। ਇਸ ਥੈਰੇਪੀ ਨੂੰ ਇੱਕ ਜਾਂ ਦੋ ਵਾਰ ਕਰਨ ਦੇ ਨਾਲ ਹੀ ਡਿਸਕ ਦੀਆਂ ਨਸਾਂ ਦੇ ਉੱਤੇ ਪੈਣ ਵਾਲਾ ਦਬਾਅ ਘੱਟ ਹੋ ਜਾਂਦਾ ਹੈ ਅਤੇ ਗਰਦਨ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਲਚੀਲਾਪਨ ਆ ਜਾਂਦਾ ਹੈ। ਇਸ ਦੇ ਇਲਾਵਾ ਹਲਕੀ ਐਕਸਰਸਾਈਜ਼ ਕਰਨ ਦੇ ਨਾਲ ਵੀ ਦਰਦ ਘੱਟ ਹੋ ਜਾਂਦਾ ਹੈ। ਅਤੇ ਦੋਸਤੋ, ਹੁਣ ਤੁਸੀਂ ਇਹ ਜਾਣ ਹੀ ਚੁੱਕੇ ਹੋ ਕਿ ਸਰਵਾਈਕਲ ਪੇਨ ਨੂੰ ਆਪਾਂ ਕਿਵੇਂ ਪਹਿਚਾਨਣਾ ਹੈ ਅਤੇ ਇਸਦਾ ਕੀ ਸੌਖਾ ਜਿਹਾ ਇਲਾਜ ਹੈ ਜਿਹੜਾ ਕਿ ਤੁਸੀਂ ਘਰ ਦੇ ਵਿੱਚ ਕਰ ਸਕਦੇ ਹੋ। ਤਾਂ ਦੋਸਤੋ, ਤੁਸੀਂ ਹੈਲਦੀ ਰਹੋ, ਇਹੀ ਮੈਂ ਚਾਹੁੰਦਾ ਹਾਂ। ਤਾਂ ਦੋਸਤੋ, ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ, ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਨਾਲ ਹੀ ਨਾਲ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।